ਜਿਹੜੇ ਮੂਮਨ ਬਾਹਰ ਖਲੋਤੇ ਨੇ ਮਿਹਰਬਾਨੀ ਕਰੋ ਅੰਦਰ ਤਸ਼ਰੀਫ ਲਿਆਵੋ। ਜ਼ਾਕਿਰ ਅਲ ਬੈਦ ਜਨਾਬ ਸਰਦਾਰ ਵਸੀਮ ਉਲ ਅਬਾਸ ਬਲੋਚ ਆਫ ਜੰਗ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਫਜ਼ਾਇਲ ਉਮਰ ਸਾਹਿਬ ਬਿਆਨ ਫਰਮਾਉਣ ਦੇ ਇੱਕ ਛਲਕਦੀ ਹੋਈ ਸਲਵਾਤ ਪੜ੍ਹੋ। ਕਿਸੇ ਤਾਰਫ ਦੇ ਮੁਤਾਜ ਨਹੀਂ। ਸ਼ਮਸੁਲ ਜ਼ਾਕਰੀਨ, ਉਸਤਾਦੁਲ ਜ਼ਾਕਰੀਨ, ਫਖਰੁਲ ਜ਼ਾਕਰੀਨ, ਜ਼ਾਕਿਰ ਅਲ ਬੈਦ ਜਨਾਬ ਵਸੀਮ ਉਲ ਅਬਾਸ ਬਲੋਚ ਮੈਂਬਰ ਤੇ ਤਸ਼ਰੀਫ ਫਰਮਾ ਨੇ, ਔਰ ਮੇਰੀ ਦੁਆ ਹੈ ਕਿ ਮੌਲਾ ਇਹਨਾਂ ਨੂੰ ਮਜ਼ੀਦ ਬੁਲੰਦ ਬਖਤੀ ਅਤਾ ਫਰਮਾਣ। ਨਾਰਾਏ ਤਕਬੀਰ, ਨਾਰਾਏ ਰਸਾਲਤ, ਪੰਜ ਨਾਰੇ ਪੰਜ ਦਲੀ ਬੇਬਹਾ ਨਾਰਾ ਹੈਦਰੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਲਾਹੁਮਾ ਕੁਨ ਲਿਵਲੀਕਲ ਹੁਜਤ ਇਬਨ ਅਲ ਹਸਨ ਸਲਾਵਾਤੁਕਾ ਅਲੈਹਿ ਵਅਲਾ ਅਬਾਏ ਫੀ ਹਾਜ਼ਿਹਿ ਸਾਅਤ ਵਫੀ ਕੁਲ ਸਾਅ ਵਲੀਯਨ ਵਹਾਫਿਜ਼ਨ ਵਕਾਇਦਨ ਵਨਾਸਿਰਨ ਵਦਲੀਲਨ ਵਅਈਨਾ ਹੱਤਾ ਤੁਸਕਿਨਹੁ ਵਰਜ਼ਕ ਤੌਬਾ ਵਤੁਮੱਤਿਅਹੁ ਫੀਹਾ ਤਵੀਲਾ। ਮੇਰਾ ਮਿਹਰਬਾਨ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਹੀ ਆਪਣੀ ਜ਼ਾਤ ਆਲਾ ਦਾ ਕੁਰਬ ਨਸੀਬ ਫਰਮਾ। ਮੇਰਾ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਹੀ ਆਪਣੀ ਇਤਾਅਤ ਗੁਜ਼ਾਰੀ ਦੀ ਤੌਫੀਕ ਅਤਾ ਫਰਮਾ। ਮੇਰਾ ਅੱਲਾਹ ਸਾਡੇ ਦਿਲਾਂ ਨੂੰ ਆਪਣੀ ਯਾਦ ਨਾਲ ਮੁਨੱਵਰ ਔਰ ਰੋਸ਼ਨ ਫਰਮਾ। ਮੇਰਾ ਅੱਲਾਹ ਆਪਣੇ ਮਹਬੂਬ ਪਾਕ ਮੁਹੰਮਦ ਮੁਸਤਫਾ ਸੱਲੱਲਾਹੁ ਤਾਲਾ ਅਲੈਹਿ ਵਅਲਿਹਿ ਵਸੱਲਮ ਦੀ ਇਤਾਅਤ ਗੁਜ਼ਾਰੀ ਦੀ ਤੌਫੀਕ ਅਤਾ ਫਰਮਾ। ਮੇਰਾ ਅੱਲਾਹ ਆਪਣੀ ਅਜ਼ਮਤ ਦਾ ਵਾਸਤੇ ਹੀ ਸਾਹਿਬੁਲ ਅਮਰ ਕਾਇਮ ਆਲੇ ਮੁਹੰਮਦ ਅਲੈਹਿ ਸਲਾਮ ਦੀ ਇਤਾਅਤ ਗੁਜ਼ਾਰੀ ਦੀ ਤੌਫੀਕ ਅਤਾ ਫਰਮਾ। ਮੇਰਾ ਕਰੀਮ ਅੱਲਾਹ ਸੈਯਦ ਆਲੇ ਇਮਰਾਨ ਸ਼ਾਹ ਸਾਹਿਬ ਦੇ ਵਾਲਿਦੈਨ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ। ਮੇਰਾ ਅੱਲਾਹ ਜ਼ਿਕਰ ਪਾਕ ਦਾ ਸਵਾਬ ਮਰਹੂਮੀਨ ਦੇ ਨਾਮੇ ਅਮਾਲ ਵਿੱਚ ਦਰਜ ਫਰਮਾ। ਹਾਜ਼ਰੀਨ ਜਿਤਨੇ ਸ਼ੀਆ ਸੁੰਨੀ ਮੌਜੂਦ ਹਨ, ਮੇਰਾ ਅੱਲਾਹ ਇਹਨਾਂ ਦੇ ਜੁਮਲਾ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ। ਕਰੀਮ ਅੱਲਾਹ ਜਿਨ੍ਹਾਂ ਦੇ ਬਾਅਦ ਕੋਈ ਦੁਆ ਮੰਗਣ ਵਾਲਾ ਨਹੀਂ, ਜਿਹੜੇ ਬੇਵਾਰਿਸ ਟੁਰ ਗਏ, ਮੇਰਾ ਅੱਲਾਹ ਐਸੇ ਮਰਹੂਮੀਨ ਮੁਮਿਨੀਨ ਮੁਮਿਨਾਤ ਦੇ ਵੀ ਦਰਜਾਤ ਬੁਲੰਦ ਫਰਮਾ। ਮੇਰਾ ਕਰੀਮ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਹੀ ਮਰਹੂਮੀਨ ਦੀਆਂ ਕਬਰਾਂ ਨੂੰ ਮੁਨੱਵਰ ਔਰ ਰੋਸ਼ਨ ਫਰਮਾ। ਮੇਰਾ ਅੱਲਾਹ ਕਿਸੇ ਦੇ ਜ਼ਿੰਮੇ ਕੋਈ ਕਬੀਰਾ ਸਗੀਰਾ ਗੁਨਾਹ ਹੈ ਵੀ ਤੋ ਆਪਣੀ ਅਜ਼ਮਤ ਦਾ ਵਾਸਤੇ ਹੀ ਮਾਫ਼ ਫਰਮਾ ਕੇ ਜੰਨਤ ਵਿੱਚ ਆਲਾ ਮਕਾਮ ਅਤਾ ਫਰਮਾ। ਜੋ ਅਲੀਲ ਆਏ, ਮਰੀਜ਼ ਔਰ ਬਿਮਾਰ ਆਏ, ਸੈਯਦ ਉਸ ਸਾਜਦੀਨ ਅਲੈਹ ਸਲਾਮ ਦੇ ਸਦਕੇ, ਮੇਰਾ ਅੱਲਾਹ ਜਿਤਨੇ ਮਰੀਜ਼ ਮਜਲਿਸ ਵਿੱਚ ਮੌਜੂਦ ਹਨ, ਇਸੇ ਹੀ ਪਲ ਇਮਾਮ ਸੱਜਾਦ ਬਾਦਸ਼ਾਹ ਦੇ ਸਦਕੇ ਸਿਹਤ ਕੁੱਲੀ ਅਤਾ ਫਰਮਾ। ਜਿਹੜੇ ਮਰੀਜ਼ਾਂ ਦੀ ਸ਼ਿਫਾ ਵਾਸਤੇ ਆਏ, ਜਿਹੜੇ ਹਸਪਤਾਲਾਂ ਵਿੱਚ ਹਨ, ਜਿਨ੍ਹਾਂ ਦੇ ਓਪਰੇਸ਼ਨ ਹਨ, ਮੇਰਾ ਅੱਲਾਹ ਜਿਨ੍ਹਾਂ ਦੇ ਹੋ ਚੁੱਕੇ, ਮੇਰਾ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਹੀ ਇਸੇ ਹੀ ਪਲ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾ। ਤੇਰੇ ਦਰਬਾਰ ਵਿੱਚ ਕੋਈ ਕਮੀ ਨਹੀਂ ਮੇਰਾ ਅੱਲਾਹ। ਜੋ ਜੋ ਅਲੀਲ ਹਨ, ਜੋ ਜੋ ਮਰੀਜ਼ ਹਨ, ਇਹ ਬਿਮਾਰ ਜਾਣਦਾ ਕਿ ਉਸਦੀ ਸ਼ਬ ਕਿਵੇਂ ਗੁਜ਼ਰਦੀ ਹੈ, ਉਸਦਾ ਲਮਹਾ ਕਿਵੇਂ ਗੁਜ਼ਰਦਾ ਹੈ। ਮੇਰਾ ਅੱਲਾਹ ਜਿਤਨੇ ਵੀ ਸੁਮਤ ਵਿੱਚ ਅਲੀਲ ਮਰੀਜ਼ ਹਨ, ਮੇਰਾ ਅੱਲਾਹ ਆਪਣੀ ਇੱਜ਼ਤ ਦਾ ਵਾਸਤੇ ਹੀ ਇਸੇ ਹੀ ਪਲ ਸਿਹਤ ਵਾਲੀ ਜ਼ਿੰਦਗੀ ਅਤਾ ਫਰਮਾ। ਮੇਰਾ ਕਰੀਮ ਅੱਲਾਹ ਜੋ ਬੇ ਔਲਾਦ ਆਏ, ਸਦਕਾ ਬਾਬੁਲ ਹਵਾਇਜ ਹਜ਼ਰਤ ਸ਼ਾਹਜ਼ਾਦਾ ਅਲੀ ਅਸਗਰ ਅਲੈਹਿ ਸਲਾਮ ਦਾ ਨੇਕ ਨਰੀਨਾ ਸਾਹਲੇ ਔਲਾਦ ਅਤਾ ਫਰਮਾ। ਜਿਤਨੇ ਬਜ਼ੁਰਗਾਨ ਮੌਜੂਦ ਹਨ, ਇਹਨਾਂ ਦਾ ਸਾਇਆ ਆਪਣੇ ਵਿਹੜਿਆਂ 'ਤੇ ਕਾਇਮ ਔਰ ਦਾਇਮ ਫਰਮਾ। ਮੇਰਾ ਅੱਲਾਹ ਜਿਤਨੇ ਨੌਜਵਾਨ ਮੌਜੂਦ ਹਨ, ਮੇਰਾ ਅੱਲਾਹ ਹਰ ਕਦਮ 'ਤੇ ਆਪਣੀ ਹਿਮਾਇਤ ਨਸੀਬ ਫਰਮਾ। ਰਿਜ਼ਕ ਦੇ ਮੈਦਾਨ ਵਿੱਚ, ਇਲਮ ਦੇ ਮੈਦਾਨ ਵਿੱਚ ਜਿਤਨੇ ਮੇਰੀ ਮਿਲਤ ਦੇ ਜਵਾਨ ਇਸ ਉਮਤ ਦੇ ਕੋਸ਼ਿਸ਼ ਕਰ ਰਹੇ ਹਨ, ਮੁਲਕ ਗੈਰ ਮੁਲਕ ਵਿੱਚ, ਮੇਰਾ ਅੱਲਾਹ ਆਪਣੀ ਇੱਜ਼ਤ ਵਾਸਤੇ ਉਹਨਾਂ ਨੂੰ ਆਪਣੀ ਮਦਦ ਨਸੀਬ ਫਰਮਾ, ਆਪਣੀ ਹਿਮਾਇਤ ਨਸੀਬ ਫਰਮਾ, ਉਹਨਾਂ ਨੂੰ ਐਸਾ ਰਿਜ਼ਕ ਅਤਾ ਫਰਮਾ ਜਿਸ ਵਿੱਚ ਆਲੇ ਰਸੂਲ ਦਾ ਹਿੱਸਾ ਹੋਵੇ, ਜਿਸ ਵਿੱਚ ਖੁਮਸ ਹੋਵੇ ਮੇਰਾ ਅੱਲਾਹ, ਜਿਸ ਵਿੱਚ ਤੇਰੀ ਮਖਲੂਕ ਦਾ ਹਿੱਸਾ ਜ਼ਕਾਤ ਹੋਵੇ ਮੇਰਾ ਅੱਲਾਹ, ਕਿਸੇ ਬੇਵਗਾਹ, ਕਿਸੇ ਯਤੀਮ, ਕਿਸੇ ਮਸਕੀਨ ਦਾ ਹਿੱਸਾ ਹੋਵੇ, ਐਸਾ ਰਿਜ਼ਕ ਤੋਂ ਫਰਵਾ ਅਤਾ ਫਰਮਾ। ਐਸਾ ਰਿਜ਼ਕ ਮੇਰਾ ਅੱਲਾਹ ਜਿਹੜਾ ਤੇਰੀ ਜ਼ਾਤ ਦਾ ਕੁਰਬ ਅਤਾ ਕਰੇ, ਜਿਹੜਾ ਤੇਰੀ ਜ਼ਾਤ ਦਾ ਮਾਰਫਤ ਅਤਾ ਕਰੇ ਮੇਰਾ ਅੱਲਾਹ, ਐਸਾ ਰਿਜ਼ਕ ਅਤਾ ਫਰਮਾ, ਐਸਾ ਰਿਜ਼ਕ ਜਿਹੜਾ ਤੇਰੀ ਜ਼ਾਤ ਤੋਂ ਦੂਰ ਕਰੇ ਮੇਰਾ ਅੱਲਾਹ, ਐਸੇ ਰਿਜ਼ਕ ਤੋਂ ਪਨਾਹ ਅਤਾ ਫਰਮਾ।
ਜਿਹੜਾ ਗਾਫਿਲ ਕਰ ਦੇਵੇ ਆਪਣੀ ਦੁਨੀਆ ਵ ਆਖਰਤ ਦੇ ਨਿਜਾਤ ਤੂੰ ਮੇਰਾ ਅੱਲਾ ਇਸੇ ਰਿਜ਼ਕ ਤੂੰ ਆਪਣੀ ਪਨਾਹ ਅਤਾ ਫਰਮਾ, ਰਿਜ਼ਕ ਮਾਰਫਤੇ ਤੋਂ ਕਸੀਰ ਅਤਾ ਫਰਮਾ, ਰਿਜ਼ਕ ਖੈਰ ਤੋਂ ਬੇਬਹਾ ਅਤਾ ਫਰਮਾ। ਮੇਰਾ ਅੱਲਾ ਮੌਤ ਦੇ ਹਮਲੇ ਤੋਂ ਪਹਿਲੇ ਰੋਜ਼ਾ ਸ਼ਬੀਰ ਦੀ ਜ਼ਿਆਰਤ ਨਸੀਬ, ਕਰਬਲਾ ਮੁਅੱਲਾ ਦੀ ਜ਼ਿਆਰਤ ਨਸੀਬ ਫਰਮਾ। ਇਸ ਨਗਰੀ ਨੂੰ ਸ਼ੀਆ ਔਰ ਅਹਲ ਸੁਨਨਤ ਸਮੇਤ ਆਮਦ ਇਮਾਮ ਅਲੈ ਸਲਾਮ ਤੱਕ ਆਬਾਦ ਔਰ ਸ਼ਾਦ ਫਰਮਾ। ਅਵਲ ਆਖਿਰ ਦੁਆ ਇਮਾਮ ਬਰਹਕ ਦਾ ਕੁਰਬ ਨਸੀਬ ਫਰਮਾ। ਮੇਰਾ ਅੱਲਾ ਆਪਣੀ ਜ਼ਾਤ ਹੱਕ ਦਾ ਕੁਰਬ ਨਸੀਬ ਫਰਮਾ। ਮਾਸ਼ਾ ਅੱਲਾਹ ਲਾ ਹੌਲਾ ਵਲਾ ਕੁਵਤ ਇਲਾ ਬਿੱਲਾਹ ਅਲ ਅਲੀ ਅਲ ਅਜ਼ੀਮ ਬਿਰਹਿਮਤਿਕ ਯਾ ਅਰਹਮਰ ਰਾਹਿਮੀਨ। ਇਨ ਅੱਲਾਹ ਵ ਮਲਾਇਕਤਹੁ ਯੁਸੱਲੂਨਾ ਅਲ ਨਬੀ ਯਾ ਅਯੂਹਲ ਲਜ਼ੀਨਾ ਆਮਨੂ صلوا عليه وسلموا تسليما اللهم صل على محمد وعلى اله الله اكبر يا رسول الله صلى الله عليه بسم الله بسم الله حيدري يا اللهم صل على محمد وعلى محمد। ਇਜਾਜ਼ਤ ਹੈ ਜੀ ਗੁਫ਼ਤਗੂ ਦਾ। ਸਭ ਤੋਂ ਪਹਿਲੇ ਸਾਦਾ ਤੋਂ ਮੋਮਿਨੀਨ ਤੋਂ ਮੈਂ ਮਾਫ਼ੀ ਔਰ ਮਾਜ਼ਰਤ ਦਾ ਤਲਬਗਾਰ ਹਾਂ। ਅਮੂਮਨ ਇੰਝ ਹੁੰਦਾ ਨਹੀਂ ਕਿ ਮੈਂ ਆਪਣੇ ਵਕਤ ਤੋਂ ਲੇਟ ਹੋ ਜਾਵਾਂ, ਤੋ ਬਸ ਥੋੜ੍ਹਾ ਲੇਟ ਹੋ ਗਏ, ਲੇਕਿਨ ਸ਼ੁਕਰ ਹੈ ਮੌਲਾ ਦਾ ਕਿ ਤੁਹਾਡੀ ਜ਼ਿਆਰਤ ਨਸੀਬ ਹੋ ਗਈ, ਪਹੁੰਚ ਗਏ। ਜ਼ਿੰਦਗੀ ਦੀ ਕੋਸ਼ਿਸ਼ ਹੁੰਦੀ ਹੈ ਕਿ ਜਾਂ ਮਜਲਿਸ ਲਿਖੀਏ, ਨਹੀਂ ਅਗਰ ਲਿਖੀਏ ਤੋ ਹਰ ਹਾਲ ਵਿੱਚ ਵਾਅਦਾ ਵਫਾ ਕੀਤਾ ਜਾਏ। ਸਫ਼ਰ ਦੇ ਮਾਮਲਾਤਨ ਤੋ ਥੋੜ੍ਹੀ ਜਿਹੀ ਦੇਰ ਬਾਅਦ ਵਿੱਚ ਹੋ ਗਈ, ਕੋਈ ਅੱਧਾ ਪੌਣਾ ਘੰਟਾ ਜ਼ੁਹਰੈਨ 'ਤੇ ਲੱਗ ਗਿਆ। ਫਿਰ ਉਹ ਜਿਹੜੀ ਮਜਲਿਸ ਪੜ੍ਹ ਕੇ ਆਇਆ ਉੱਥੇ ਖੁਦਾ ਦੇ ਜ਼ਿਕਰ ਜਿਤਨਾ ਮਹਿ ਹੋਇਆ, ਮੈਨੂੰ ਲੱਗਿਆ ਵੀ ਮੈਂ 35 ਮਿੰਟ ਪੜ੍ਹਿਆ, ਅਤੇ ਬਾਅਦ ਹੀ ਪਤਾ ਲੱਗਿਆ ਵੀ 1 ਘੰਟਾ 35 ਮਿੰਟ ਮੈਂ ਪੜ੍ਹਿਆ ਉੱਥੇ। ਉਹ ਅੰਦਾਜ਼ਾ ਹੀ ਨਹੀਂ ਹੋਇਆ, ਗੱਲ ਰੱਬ ਦੀ ਛਿੜ ਗਈ। ਉਹ ਬਸ ਫਿਰ ਪਤਾ ਹੀ ਨਹੀਂ ਵੀ ਕਿਹੜੇ ਜਾ 'ਤੇ ਖਲੋਤੇ ਆਸੇ। ਤੋ ਆਗਾਜ਼ ਕਰਨਾ ਚਾਹੁੰਦਾ ਜੀ ਜੀ ਜ਼ਰੂਰ ਇਨਸ਼ਾਅੱਲਾ ਮੇਰੇ ਭਾਈ। ਇਹ ਰੂਹ ਦੀ ਬਾਤ ਹੈ, ਇਹ ਮੁਕੱਦਰ ਦੀ ਬਾਤ ਹੈ। ਰੋਟੀ ਰੱਬ ਉਸ ਨੂੰ ਵੀ ਦਿੰਦਾ ਜਿੰਦੀ ਬਣਦੀ ਨਹੀਂ। ਬੜੀ ਮਿਹਰਬਾਨੀ, ਖੁਦਾ ਆਬਾਦ ਰੱਖੇ। ਰੋਟੀ ਮਿਹਰਬਾਨੀ ਸੇ ਹਜ਼ੂਰ ਅੱਲਾ ਬਾਦ ਰੋਟੀ ਰੱਬ ਉਸਨੂੰ ਵੀ ਦਿੰਦਾ ਹੈ ਜਿਹਦੀ ਬਣਦੀ ਨਹੀਂ। ਯਾਦ ਰੱਖਿਆ ਜਵਾਨ ਨੂੰ, ਮੁਹੱਬਤ ਸਿਰਫ ਆਪਣੀ ਉਸਨੂੰ ਦਿੰਦਾ ਹੈ ਜਿਸ 'ਤੇ ਰਾਜ਼ੀ ਹੋ ਜਾਏ। ਔਰ ਮੈਂ ਕਿਸੇ ਕੋਈ ਦਾਤ ਦੇ ਚੱਕਰ 'ਚ ਨਹੀਂ, ਕੋਈ ਕਿਸੇ ਜੋ ਸ਼ੇ ਖਿਤਾਬਤ 'ਚ ਮੈਂ ਕੋਈ ਇਹ ਜੁਮਲਾ ਨਹੀਂ ਆਖਿਆ, ਮੈਂ ਇਸਦਾ ਮੁਸ਼ਾਹਿਦਾ ਕੀਤਾ ਜਵਾਨ ਨੂੰ, ਮੈਂ ਇਸ ਬਾਤ ਦੀ ਪਰਖ ਕੀਤੀ ਹੈ ਜਵਾਨ ਨੂੰ, ਮੈਂ ਇਸ ਅਜ਼ੀਮ ਵਾਦੀ ਵਿੱਚ ਜਵਾਨ ਨੂੰ ਨਿਗਾਹ ਕੀਤੀ ਹੈ ਜਵਾਨ ਨੂੰ, ਜਿਸ ਵਾਦੀ ਵਿੱਚ 14 ਹਾਦੀ ਹਨ, ਜਿਸ ਵਾਦੀ ਵਿੱਚ ਸਿਹਰੇ ਦਾ ਨਾਮ ਮੁਸਤਫਾ ਹੈ, ਜਿਸ ਵਾਦੀ ਦੇ ਅੰਦਰ ਜਵਾਨ ਨੂੰ ਚਮਕਦੇ ਹੋਏ ਚੰਦ ਦਾ ਨਾਮ ਮੁਰਤਜ਼ਾ ਹੈ। ਯਾਦ ਰੱਖਿਆ ਜਵਾਨ ਨੂੰ, ਜਿਸ ਵਾਦੀ ਦੇ ਸੁਲਤਾਨ ਦਾ ਨਾਮ ਹੁਸੈਨ ਹੈ, ਜਿਸ ਵਾਦੀ ਦੀ ਜਾਗੀਰ ਸ਼ਹਦਾ ਦੇ ਨਾਂ ਹੈ, ਸ਼ਹਦਾ ਦੇ ਨਾਂ ਜਵਾਨੋ। ਇਸ ਦੁਨੀਆ ਦੇ ਅੰਦਰ ਸਭ ਤੋਂ ਜਿਹੜੀ ਕੀਮਤੀ ਚੀਜ਼ ਮੈਂ ਵੇਖੀ ਹੈ ਜਵਾਨ ਨੂੰ, ਜਿਹੜੀ ਮੈਂ ਨਜ਼ਰ ਆਈ ਹੈ, ਮੁਹੰਮਦ ਵਾਲੇ ਮੁਹੰਮਦ ਦੀ ਕਚਹਿਰੀ ਵਿੱਚ ਗਿਆ ਤਾਂ, ਕੁਰਾਨ ਦੇ ਮੈਦਾਨ 'ਚ ਆਇਆ ਤਾਂ, ਖੁਤਬਾ 'ਤੇ ਮੁਹੰਮਦ ਵਾਲੇ ਮੁਹੰਮਦ ਨੂੰ ਪੜ੍ਹਿਆ ਤਾਂ, ਇਸ ਦੁਨੀਆ ਵਿੱਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਮੁਹੱਬਤ ਖੁਦਾ। ਮੈਂ ਬੜੀ ਪਤੇ ਦੀ ਗੱਲ ਕੀਤੀ ਹੈ, ਮੈਂ ਬੜੀ ਅਜ਼ੀਮ ਬਾਤ ਕੀਤੀ ਹੈ, ਮੈਂ ਰੱਬ ਦੀ ਗੱਲ ਕੀਤੀ ਹੈ, ਹੱਕ ਔਰ ਸੱਚ ਦੀ ਗੱਲ ਕੀਤੀ ਹੈ। ਸਭ ਤੋਂ ਜਿਹੜੀ ਕੀਮਤੀ ਚੀਜ਼ ਹੈ ਨਾ ਜਵਾਨੋ, ਜਿਸ ਦਾ ਕੋਈ ਜੋੜ ਨਹੀਂ, ਜਿਸ ਦਾ ਬਦਲ ਹੈ ਹੀ ਨਹੀਂ, ਬਣਾਇਆ ਹੀ ਨਹੀਂ ਜਵਾਨ ਨੂੰ, ਜਿਹੜੀ ਬੇਮਿਸਲੇ ਬੇਨਜ਼ੀਰ। ਡਾਕਟਰ ਲੱਖਾਂ ਨਜ਼ਰ ਆ ਜਾਣਗੇ, ਜ਼ਾਕਰ ਲੱਖਾਂ ਮਿਲ ਜਾਣਗੇ, ਮੌਲਵੀ ਮੁੱਕਦੇ ਹੀ ਨਹੀਂ,
इंजीनियर मुकदे ही नहीं जवानों, ये हर टाइप का बंदा मिल जाएगा पर जिसका उठना बाण सिर्फ रब कान है वह कोई कोई है। आती उल्लाह की जिहड़ी वर्दी है ना जवानों, आती उल्लाह अली वर्दी, जिसका जीना भी रब कान है, जिहड़ा हर मामले में सब तो पहले अल्लाह की रजा वेखदा है कि अल्लाह की रजा किस सच्चे, जिहड़ा अपनी अना अपनी ईगो अपनी कमाई अपनी दौलत अपने रिश्ते अपने बीवी बच्चों तो उत्ते रब नूं रखदा है वह कोई कोई। ऐसे बंदियां कान जिन्हां दी जिंदगी दा सारा निजाम ही आतिउल्लाह ते होवे, ऐसे बंदे कान मासूम फरमाया कि सफर करके उसकी ज़ियारत करो, सफर करो, सफर करके जाओ, पता लग जावे कि दाई कि किसी जगह उते कोई ऐसा बैठा है जिसकी जिंदगी दा सारा निजाम अल्लाह दी मुहब्बत नाल जुड़िया होया है, जिसकी जिंदगी का सारा निजाम रब दे इश्क नाल जुड़े। फरमाया सफर करो, लभो ढूंढो, जितना सफर करोगे सफर भी इबादत, ते जदों मिल जावे जितनी देर उसकी कचहरी च बासो बहना भी इबादत, जितनी देर उसकी महफिल च बवोगे गुनाह माफ होंदे रहणगे, हसनात च इजाफा होंदा रहेगा। याद रखे मेरे शिया सुनी जवानों, जे बंदियां नूं इत्थे अल्लाह ले लब जांदे ते करबलाल मुंह कोई ना करे। हाँ मदीना नजफ सामर्रा काजमैन, एक कौन हस्तियां जवानों, एक कौन कौन हस्तियां जिन्हां दी ज़ियारत वास्ते जाओक दर जाओक। मेरा अपना मुशाहदा है, रिज़्क़ दी भी दुआ मंगी है तो ना हो सकता इतनी उच्ची मुसलमाना आमीन ना आखी होवे जितनी करबला दी दुआ ते आख दें लोग, जितनी करबला दी दुआ उते आमीन आखी जाती है ना जवानों। मैं वेख्या मैं मुशाहद रोज की गल पूरी दुआ विच बंदा नहीं बोलिया सिर नाल आमीन आखिए, लबन पता है दिल नूं पता है आप नूं पता है क्या, लेकिन जो करबला की बात हो तो होशियार होके मोहतात हो क्या आखे आमीन। और याद रखे जवानों करबला ही है जेड़ा मुल्ला है, फर्श है ते मुल्ला है। फर्श है मेरे भाईओ, फर्श है, फर्श है मेरे मोहतरम साहब, फर्श है ते मुल्ला, हालांकि फर्श मुल्ला नहीं होता, अर्श मुल्ला होता है। और जान दो जवानों, जान दो मार्फत की निगाह जवानों मुल्ला किस जागीर नूं आख्या जांदा है, मुल्ला मुल्ला उस ला महदूद सल्तनत नूं आख्या जांदा है जिससे सिर्फ अल्लाह ही अल्लाह होवे। थोड़ा झुका लो रूह नूं, थोड़ा रूह नूं झुका लो जवानों, गल गल इज्जत वाली शुरू हो गई है, गल शान वाली शुरू हो गई है। हर महफिल का हर बजम का नसीब नहीं है, हजारा मजलसाइया उस दुनिया के अंदर ए जो इस मजलिस से बयान हो रहा है जवानों उसको नाल लेके जाना। याद रखा है मेरे सिया सुनी जवानों, उस ला महदूद जागीर नादिन जिस अल्लाह ही अल्लाह होवे, जिस दे तू ले जाओ ता भी अल्लाह, अर्ज जाओ ता भी अल्लाह, जिस दी बुलंदी ते जाओ ता भी अल्लाह, जिस दी पस्ती वे जाओ तां भी अल्लाह, जिस दे सज्जे जाओ तां भी अल्लाह, खब्बे जाओ तां भी अल्लाह। जवानों तो याद रखा है या अर्श मुल्ला है उत्थे भी अल्लाह ही अल्लाह। वाह हुसैन तेरी मेहनत दे क्या कहने, वाह हुसैन तेरी मेहनत दे हैदरी। मेरे वीरों दरअसल असा करबला तू अल्लाह लैन आई, करबला दा जिहड़ी जिहड़ा सब तो बड़ा दरस है जवानों, जिहड़ी सब तो बड़ी अता है करबला दी, सब तो बड़ी अता है जिहड़ी करबला मुल्ला दी, वो मारिफत इलाही है। करबला विच मैं जो समझिया जवानों, मैं जो जाके वेख्या करबला विच मैं तां पहले तो बंदा पहुँचता नहीं, जे पहुँच जाओ तो हुसैन तो फना न मंगी करो,
یاد رکھے جوار نو فنا دئی طلبگار ڈھیر نظر آئیں جوار نو میں ادا پہلے تو کربلا کوئی پہنچتا نہیں جے پہنچ جاؤ تے کربلا وچ حسین تو اللہ ہی مانگ لو جا کے جوار ہائے ہائے چونکہ جوار نو جس دا اللہ ہوئے گا نا اس دی ہر شے ہوئے گی تو چھوٹیاں چھوٹیاں چیزاں تے جوار نو ہاتھ رکھنا چھوٹے چھوٹے معاملات تے ہاتھ رکھنا بڑی شے دی جستجو کرو وڈا خواب ویکھو وڈا اور یاد رکھے جوانو میں تن کدی بھی دعوت توحید نہ دیندا جے وچ وکیل حسین نہ ہوے خدا آباد رکھے نہ تھانو گرمی دور ہو جاوے حیدری خدا تو آباد رکھے وکیل جدو وکیل منے ہیں حسین ابن علی علیہ السلام جیسا وکیل ہے تو وڈی شے میں آدھا خاک برابر زندگی اس مسلمان دی جس دی زندگی ویچ رب دی محبت نہیں لئی رکھے کاراں کوٹھیاں جائیداداں پلازے اولاد کثرت مال بے شک ہوئے بڑی خوبصورت بات آئیے آج ہی ممبر دے اسے دیئے آج تواڈے حوالے سے مقام تو کرنا چاہتا تھا بڑی قیمتی بات ہے زندگی سنور جانی کسے حکت دے دی کسے حکت دے دی زندگی سنور جانی ہے تو دنیا دی اوقات دا پتہ لگ جانے ہیں وقت دا پتہ لگ جانے ہیں یاد رکھا ہے جوانوں مثال دے طور تے جنہ اے مائک بنایا ہے جس کمپنی نے بنایا ہے وہ تو کدی نہیں نا آکھے گی بھئی اے کوئی شے نہیں بولو یاد رکھا جوانو جس کمپنی نے اس مائک نو بنایا ہے جس نے کیمرہ بنایا ہے ہن او کیمرے والے تے نہیں آکھ سکدے پینا سونے کدا ہے میرے خیال تے جو تک میری نظر کم کر رہی ہے ہن اے کمپنی تے نہیں آکھے گی بھی اس دا فائدہ کوئی نہیں ہے اس دی گل بات کوئی نہیں ہے اے دھوکا ہے اے تے نہیں آکھے گی دنیا دا آپ اندازہ کر لے بھی بنان والا پیادا دھوکا ہے اے ہاتھ کدی محتاج نہ ہوئے علی ولی اللہ حیدری دل بولے تو زبان بولے دل بولے تو زبان بولے مجلے سے حسین ابن علی جوانو جس بنائیے کم از کم وہ تو دسے نا بس دے فائدے جیڑا خالے کے جیڑا خالق ہے جیڑا بے مثل بے مثال ہے جس دی نظیر کوئی نہیں جس دا نا پاک ہر کوئی چاہ نہیں سکدا جس دی محفل بزم کچہری وچ ہر بندہ آ نہیں سکدا جس دے گھر وچ ہر بندہ بہ نہیں سکدا جس دی کچہری وچ ہر پیشانی جھک نہیں سکدی اس جو آپ فرمایا ہے اس آپ فرمایا ہے بھئی یہ دنیا کوئی شے نہیں فرمائے دنیا دی زندگی کھیل تماشا ہے کھیڑ جھٹ دی ہوندی ہے تے وقت ختم یاد رکھا ہے جوانو اے دنیا اچھا اس تو اگے وعد کے اگے آ جاؤ تے جنہ کان بنائیے انہیں فرمایا جا اساں تین طلاق دے چھوڑیا ہائے ہائے او بندیا تو کہڑے چکر وچ پے گئے مل کے نعرہ حیدری محبت خدا اس دنیا دے اندر جوانو صرف اللہ دی محبت سب تو بڑا موتی سب تو بڑا خزانہ سب تو وڈی عزت سب تو بڑا علم سب تو بڑا حلم سب تو وڈا اساسہ سب تو وڈی جائیداد محبت خدا محبت خدا جوانو بندیاں دے ہاتھ وچ دنیا ٹھیک طرح آئی بھی نہیں تے تاں وی دنیا تے مر گئے دنیا دے پیچھے نسنا پوندا ہے بھجنا پوندا ہے کوشش کرنی پوندی ہے تاں جا کے کوئی تھوڑی بالی دنیا ہتھے چوندی ہے جب تک شرمایا بندہ جوڑ لیندے اتنے تک موت آ جاندی ہے جس طرح معاملہ ٹھیک ہو گئے کمائی شمائی ٹھیک ہو گئی اس لیے موت دا فرشتہ درمیان وہ جن دا سوچیا ہی نہیں وہ سامنے آ گیا اے جنہاں دے گھر وچ بیٹھے نا اے جنہاں ہستیاں دے اے ستوناں اُتے نام لکھے جوانو اے دین دا ستون ہن ہائے ہائے ہائے
ਇਹ ਜਵਾਨੋ ਇਹ ਦੀਨ ਦਾ ਸਤੂਲ ਹੈ ਜਵਾਨੋ, ਇਸ ਦੁਨੀਆ ਦਾ ਕਿਸੇ ਪਰਦਾ ਵੇਖਣਾ, ਇਸ ਬਾਤਿਲ ਦੁਨੀਆ ਦਾ ਮਿਟ ਜਾਣ ਵਾਲੀ ਦੁਨੀਆ ਦਾ ਕਮਾਈ ਵੀ ਇੱਥੇ ਹੀ ਕਰਨੀ ਹੈ। ਇਹ ਦੁਨੀਆ ਆਖਰਤ ਕੀ ਖੇਤੀ ਹੈ। ਮੈਂ ਤੁਹਾਨੂੰ ਜਵਾਨੋ ਫਤਿਹ ਦੀ ਗੱਲ ਦੱਸ ਕੇ ਜਾ ਰਿਹਾ, ਜਿਹੜੀ ਅੱਜ ਕੱਲ੍ਹ ਦੀ ਜਵਾਨੋ ਮਹਿਫਿਲ 'ਚ ਕੋਈ ਬਖਤਾਂ ਵਾਲਾ ਜਵਾਨੋ ਜਿਸ ਨੂੰ ਨਸੀਬ ਹੋਵੇ, ਇਸ ਨੂੰ ਪੱਲੇ ਬੰਨ ਲਓ ਜਵਾਨੋ। ਅਗਰ ਮੁਹੱਬਤ ਖੁਦਾ ਦਿਲ 'ਚ ਨਹੀਂ ਹੈ ਨਾ, ਔਰ ਇਹ ਵੀ ਮਿਆਰ ਮੈਂ ਨਹੀਂ ਕਾਇਮ ਕਰਨਾ, ਮੈਂ ਕੌਣ ਆਉਂਦਾ ਜਿਸ ਦਾ ਆਗਾਜ਼ ਨੁਤਫਾ ਜਵਾਨੋ ਅਤੇ ਅੰਜਾਮ ਮੁਰਦਾ ਹੈ, ਅਤੇ ਦਰਮਿਆਨ ਵਾਲੀ ਸਾਰੀ ਜ਼ਿੰਦਗੀ ਜਵਾਨੋ ਨਿਜਾਸਤਾਂ ਨਾਲ ਭਰੀ ਹੋਈ ਹੈ। ਜਵਾਨੋ ਸਾਡਾ ਕਿਹੜਾ ਮਾਣ ਹੈ, ਮਿੱਟੀ ਦਾ ਕਿਹੜਾ ਨਾਜ਼ ਹੈ, ਅੱਜ ਨਹੀਂ ਤਾਂ ਕੱਲ੍ਹ ਜਵਾਨੋ ਹੈ। ਮਿੱਟੀ ਦੇ ਉੱਤੇ ਅਤੇ ਅੰਦਰ ਜਾਣ 'ਚ ਕੋਈ ਦੇਰ ਨਹੀਂ ਲੱਗਦੀ। ਮੈਂ ਰੋਜ਼ਾਨਾ ਕਈ ਲਾ ਤਾਦਾਦ ਹਾਦਸਾਤ ਜਵਾਨੋ ਅੱਖਾਂ ਨਾਲ ਵੇਖੀ ਦੇਣ ਜਿਹੜੇ ਇਸ ਦੁਨੀਆਂ 'ਚ ਹੋ ਰਹੇ ਨੇ। ਆਓ ਜਿਸ ਬਾਦਸ਼ਾਹ ਦੇ ਘਰ 'ਚ ਬੈਠੇ ਹਾਂ, ਉਸ ਬਾਦਸ਼ਾਹ ਤੋਂ ਪੁੱਛ ਲਵੀਏ ਕਿ ਐ ਹੁਸੈਨ ਇਬਨੇ ਅਲੀ, ਜਿਸ ਹਰ ਸ਼ੈ ਵਾਰੀ ਹੈ ਆਪਣੇ ਮਾਲਿਕ ਦੇ ਨਾਂ 'ਤੇ, ਮੌਲਾ ਰਕਬਾ ਜੋੜਨ 'ਚ ਫਲਾ ਆਏ, ਬੈਂਕ ਬੈਲੈਂਸ ਜੋੜਨ 'ਚ ਫਲਾ ਆਏ, ਕਸਰਤ ਮਾਲ 'ਚ ਫਲਾ ਆਏ, ਕਸਰਤ ਔਲਾਦ 'ਚ ਮੇਰਾ ਮਾਲਿਕ ਜਿਹੜੀ ਕਾਮਯਾਬੀ ਹੈ, ਐ ਹੁਸੈਨ ਇਬਨੇ ਅਲੀ ਕਾਮਯਾਬੀ ਕਿਸੇ 'ਚ? ਆਓ ਜ਼ਰਾ ਮੱਕਾ ਦੇ ਅੰਦਰ ਵੇਖੋ, ਇਨ੍ਹਾਂ ਹੀ ਦਿਨਾਂ ਦੇ ਅੰਦਰ ਜਵਾਨੋ ਯਜ਼ੀਦ ਇਬਨੇ ਮਾਵੀਆ ਬੁਲੰਦ ਆਵਾਜ਼ ਕਰਕੇ ਆਖ ਰਹੇ ਆਏ ਕਿ ਐ ਹੁਸੈਨ ਇਬਨੇ ਅਲੀ, ਇੱਕ ਹਾਂ ਕਰ ਦੇ, ਸਾਰੇ ਤਖਤ ਮੈਂ ਤੇਰੀ ਜੁੱਤੀ ਦੀ ਨੋਕ 'ਤੇ ਰੱਖ ਦੇਵਾਂ। ਹੁਸੈਨ ਇਬਨੇ ਅਲੀ ਅਰਸ਼ ਅਲਮੋ ਕਰਕੇ ਪਿਆ ਦੇਣ, ਉਸਨੇ ਕਿਆ ਖੋਇਆ ਜਿਸਨੇ ਤੁਝੇ ਪਾ ਲਿਆ। ਹਾਏ 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 ਹਾਏ, ਫਲਾਹ ਗਿਣੋ ਜਵਾਨੋ, ਫਲਾਹ ਲੱਭੋ ਮਜਲੇ ਸਿੱਚੂ, ਕਾਮਯਾਬੀ ਲੱਭੋ ਜਵਾਨੋ। ਹੁਸੈਨ ਇਬਨੇ ਅਲੀ ਦਾ ਜੁਮਲਾ ਜਵਾਨੋ, ਫਰਮਾਇਆ ਉਸਨੇ ਕਿਆ ਖੋਇਆ ਜਿਸਨੇ ਤੁਝ ਇਹ ਅੱਗੇ ਹੁਸ਼ਿਆਰ ਹੋਣਾ। ਇੱਥੇ ਜਵਾਨੋ ਗਾਹਕ ਦੀ ਕੁਰਬਾਨੀ ਦੇ ਦੇਣੀ ਹੈ, ਸੰਗਤ ਦੀ ਕੁਰਬਾਨੀ ਦੇ ਦੇਣੀ ਹੈ, ਔਲਾਦ ਦੀ ਕੁਰਬਾਨੀ ਦੇ ਦੇਣੀ ਹੈ, ਆਪਣੀ ਜਾਨ ਤੋਂ ਆਪਣੇ ਰੱਬ ਵਾਸਤੇ ਵਕਤ ਲੈਣਾ ਹੈ। ਇਹ ਅੱਗੇ ਜਵਾਨੋ ਰੈੱਡ ਲਾਈਨ ਹੈ, ਇਸ ਤੋਂ ਅੱਗੇ ਜਵਾਨੋ ਨਿਜਾਤ ਹੱਥਾਂ 'ਚੋਂ ਨਿਕਲ ਜਾਏਗੀ। ਰੱਬ ਆਪਣੀ ਬਾਰਗਾਹ 'ਚੋਂ ਕੱਢ ਦੇਵੇਗਾ ਗਰਗਲਾ ਮਾਮਲਾ ਨੂੰ। ਇਹ ਜਵਾਨੋ ਹਜ਼ੂਰ ਮੱਥੇ ਨਹੀਂ ਲਾਣਗੇ, ਮੁਹੰਮਦ ਵਾਲੇ ਮੁਹੰਮਦ ਸਫਾਰਿਸ਼ ਨਹੀਂ ਕਰਨਗੇ ਜੇ ਅਗਲਾ ਮਾਮਲਾ ਹੋ ਗਿਆ। ਹੁਸੈਨ ਇਬਨੇ ਅਲੀ ਫਰਮਾਇਆ ਉਸਨੇ ਕਿਆ ਖੋਇਆ ਜਿਸਨੇ ਤੁਝੇ ਪਾ ਲਿਆ, ਔਰ ਉਸਨੇ ਕਿਆ ਪਾਇਆ ਜਿਸਨੇ ਤੁਝੇ ਖੋ ਲਿਆ। ਹਾਏ 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 ਹਾਏ, ਖੁਦਾ ਤੋਂ ਨਬਾਦ ਰੱਖਿਆ ਜਵਾਨੋ, ਤੋਂ ਇਹਨਾਂ ਕੋਠੀਆਂ ਅਤੇ ਇਹਨਾਂ ਬੰਗਲਿਆਂ ਦੇ ਰਸ਼ 'ਚ ਗਿਣੋ ਕਿ ਅਮੀਰ ਬੰਦੇ ਕਿਤਨੇ ਨ। ਜਵਾਨੋ ਇਹ ਬਾਹਰ ਵੇਖੋ ਕੀ ਰੇਸ ਲੱਗੀ ਹੋਈ, ਬਾਹਰ ਨਿਕਲੋ ਬਾਰਗਾਹ ਤੋਂ ਦੁਨੀਆ ਜਾ ਕੇ ਵੇਖੋ ਜਵਾਨੋ ਕੀ ਰੇਸ ਲੱਗੀ ਹੋਈ ਹੈ। ਜਵਾਨੋ ਔਰ ਕੀ ਫਨਾ ਪਿੱਛੇ ਦੁਨੀਆ ਦਿਨ ਰਾਤ ਹਿੱਕ ਕਰ ਦਿੱਤੀ ਏ, ਪੂਰੀ ਉਮਤ ਨੂੰ ਉਦੋਂ ਸਾਡੇ ਮੁਸਲਮਾਨਾਂ ਨੂੰ ਮਾਰੀ ਜਾ ਰਹੇ ਨੇ ਅਤੇ ਸਾਨੂੰ ਇਹਦੇ ਪ੍ਰਾਪਰਟੀ 'ਤੇ ਲਾ ਦਿੱਤਾ ਨੇ, ਸਾਨੂੰ ਲਾ ਦਿੱਤਾ ਨੇ ਵੀ ਫਲਾਂ ਪਲਾਜ਼ਾ ਵੇਖ ਗਿਆ, ਫਲਾਂ ਦੁਕਾਨ ਵੇਖ ਗਈ, ਨਾਲ ਵਾਲਾ ਕਿੱਲਾ ਵਿੱਘਾ ਵੇਖ ਗਿਆ, ਸਾਨੂੰ ਇਸੇ ਹੀ ਕੰਮ 'ਤੇ ਲਾ ਦਿੱਤਾ। ਜਵਾਨੋ ਜਿਸ ਟਾਈਮ ਜੁੜ ਰਿਹਾ, ਜਿਸ ਟਾਈਮ ਸਾਰਾ ਜੁੜ ਰਿਹਾ ਅਤੇ ਮੌਤ ਆ ਗਈ ਹੈ। ਇਹਨਾਂ ਮਜਲਸਾਂ ਦਾ ਹੁਸੈਨ ਇਬਨੇ ਅਲੀ ਦੀ ਐਡੀ ਵੱਡੀ ਨਹੀਂ ਜੀ, ਨਹੀਂ ਚਾਹੀਦਾ, ਪੱਖਾ ਰਹਿਣ ਦਿਓ ਮੇਰੇ ਭਾਈ, ਇੱਕ ਮੈਂ ਇਕੱਲੇ ਨੂੰ ਨਹੀਂ ਚਾਹੀਦਾ, ਮੈਂ ਵੀ ਇਹਨਾਂ ਦੇ ਨਾਲ ਹਾਂ, ਤੁਸੀਂ ਰਲ ਕੇ ਗੁਜ਼ਾਰਾ ਕਰ ਸਾਂ ਮੇਰੇ ਭਾਈਓ। ਖੁਦਾ ਤੋਂ ਨਬਾਦ ਰੱਖੇ, ਸਾਰੇ ਇਬਾਦਤ ਕਰ ਅੱਲਾਹੁ ਅਕਬਰ ਜੱਲਾ ਜਲਾਲਹੁ ਰੱਬੀ ਯਾ ਰੱਬੀ, ਮਿਲ ਕੇ ਹੈਦਰੀ ਯਾਦ ਰੱਖੇ ਜਵਾਨੋ। ਫਲਾਹ ਦਾ ਕੀ, ਅਸੀਂ ਜਿਸ ਜਿਸ ਡਾਇਰੈਕਸ਼ਨ 'ਤੇ ਜਾ ਰਹੇ ਹਾਂ ਉਹ ਸਿਮਤ ਸਹੀ ਨਹੀਂ ਹੈ। ਅਸੀਂ ਜਿਸ ਰਾਹ 'ਤੇ ਤੁਰ ਪਿਆ ਜਵਾਨੋ, ਉਹ ਰਸਤਾ ਨਹੀਂ ਹੈ ਜਿਹੜਾ ਕੁਰਾਨ ਦਾ ਰਸਤਾ ਹੈ, ਜਿਹੜਾ ਮੁਹੰਮਦ ਵਾਲੇ ਮੁਹੰਮਦ ਦਾ ਰਸਤਾ ਹੈ। ਇਹ ਜਿਸ ਮਾਲਕਾਨ ਦੁਨੀਆ ਬਾਹਰ ਵੇਖੋ ਜਵਾਨੋ ਕੀ ਕੁਝ ਹੋ ਰਿਹਾ, ਕਿਸੇ ਮੁਸਲਮਾਨ ਦਾ ਮਾਲ ਹਥਿਆਉਣ ਵਾਸਤੇ ਨਾਮ ਨਿਹਾਦ ਮੁਸਲਮਾਨ ਕਿਸ ਕਿਸ ਸਤਾ ਤੋਂ ਗਿਰ ਚੁੱਕਿਆ ਹੈ, ਪੇਟ ਭਰਨ ਵਾਸਤੇ ਜਵਾਨੋ। ਔਰ ਯਾਦ ਰੱਖਾ ਹੈ, ਇਹ ਸਾਰੀ ਦੁਨੀਆ ਦਾ ਵੀ ਸੋਨਾ ਇਕੱਠਾ ਕਰ ਲੈਣ ਨਾ, ਇੱਕ ਪਾਕਿਸਤਾਨ ਨਹੀਂ ਸਾਰੀ ਦੁਨੀਆ ਦਾ ਵੀ ਇਹ ਮਾਲ ਇਕੱਠਾ ਕਰ ਲੈਣ ਨਾ, ਤਾਂ ਵੀ ਸ਼ਾਹ ਨਜਫ ਦਾ ਫਰਮਾਨ ਉੱਤੇ ਖਲੋਤਾ ਹੈ। ਅਲੀ ਮੌਲਾ ਫਰਮਾਇਆ ਜਿਤਨਾ ਦਿਲ ਲਈ ਸੋਨਾ ਚਾਂਦੀ ਇਕੱਠਾ ਕਰ ਲੈ, ਪੇਟ ਤੇਰਾ ਕਬਰ ਦੀ ਮਿੱਟੀ ਭਰਨਾ ਹੈ। ਵਾਹ ਯਾ ਅਲੀ, ਤੇਰੇ ਕਿਆ ਕਹਿਣੇ, ਹਾਏ ਹਾਏ ਹਾਏ, ਪੇਟ ਤੇਰਾ ਮੌਲਾ ਫਰਮਾਇ ਦੁਨੀਆ ਨਹੀਂ ਭਰਨਾ, ਮੌਲਾ ਫਰਮਾਇ ਪੇਟ ਤੇਰਾ ਬੰਦਿਆ ਕਬਰ ਦੀ
मिट्टी भरन जवानों तुहाडी नगरी च आया, बड़ी मुहब्बत नाल आया, देर नाल आया, देर नाल पहुंचिया। तो उस देर च आने की वजह तुहानूं एक नुस्खा दे के जा रहे हैं जिंदगी का अमल। अगर तुहाडी मर्जी है, तुहाडा जो बख्त जवानों तुसी चाहते हो, मेरे कोल इक्तदार होवे, मेरे कोल नौकरी होवे, मेरे कोल दौलत होवे, मेरे कोल इज्जत होवे, मेरे कोल शोहरत होवे, मेरे कोल अजमत होवे, मेरे कोल इफ्फत होवे, अगर तुहाडा जवानों ये नजरिया ते आओ, मैं तुहाडे एक एग्रीमेंट करवा जावा, मेरे कोल एक हदीसे कुदसी पहुंची है, अल्लाह दा कलाम, उस अल्लाह दा जवानों जिस दुनिया बना के ते बंदिया ना किया भी इसका कोई फायदा नहीं है, खेल तमाशा है, बड़ी राज दी गल है, पल्ले बन लो, बख्त ना लगे। दसा पांच बारह चौदह की दहलीज का बोसा क्यों लिया है? खालिक दुनिया नू सामने रख के हुसैन दे अल्लाह फरमाए, दुनिया जो तेरे लिए मुझे छोड़ दे उसको जलील कर दे, और जो मेरे लिए तुझे छोड़ दे उसकी खिदमत में हो जा। हाय 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 हाय, मिल के नारा है दरी, खालिक ने फरमाया है दुनिया। हुण वेख लो जवानों की दुनिया च की हो रहा है, जवानों जिन्हें दुनिया वास्ते रब नू छड़ दिता वो जलील हो गए। पैसा टका रकबा जायदाद होने के बावजूद भी जलील ही हो गए। फरमाया जेड़ा तेरे पिछे मन छड़ जावे, फरमाए उसनू जलील कर दे, और जेड़ा मेरे वास्ते ऐ दुनिया तन छोड़ देवे, फरमाए उसकी खिदमत हो जा। ओ बंदे अगे अगे होंदे ते जवानों दुनिया पिछे पिछे होंदी है, ते सज धवर के दुल्हन बन के उन्हें अल्लाह दे आशकां दे सामने उसे ले आंदी है, जदो बाग च गोडी कर रहे होंदे ने मजदूरी, दुल्हन दी तरह कुल दुनिया दे खजाने दियां चाबियां सिर ते रख के ते दुनिया दुल्हन बन के सामने आके आदी है, या अली मैं अपना लो कनीज बना लो, ते सारी दुनिया दे खजाने दियां चाबियां मैं तुहाडी जुत्ती ते रख देनी आ, मजदूरियां तू जान छुट जाएगी। ऐ आधे नी जवानों अल्लाह दे हिमायती अल्लाह दे धड़े च खलोण आले, अली अपना बिल चा हथ च करके फरमाते हैं, तेरे खजाने नालों अली दा बिल चा कीमती है, जा किसे होर नु धोखा दे, हाय हाय, जा किसे होर नु धोखा दे जवानो। मिलके हैदरी आले, जियो बेशक बेशक, मिलके नारा हैदरी आले, जाओ आ जाओ अल्लाह दे धड़े च आ जाओ जवानो, आज ही ऐसे पल, बाहर हनेर खुले हो इन मौत दे जवानो, पता नहीं किस नू कैसे ले बहा के ले जावे सैलाब, इस ही पल एक खूबसूरत मौका है, जवानी बेहतरीन मौका, अल्लाह राजी होंदा जो कोई जवान अल्लाह दी बारगाह च अल्लाहु अकबर आखद। मैं जवानों मैं उस नमाज की कदी तबलीग नहीं की जेड़ा किसी का हक खा के, मैं कदी उस नमाज की तबलीग नहीं की जेड़ी सूद खा के पढ़ी जावे, जेड़ा गरीब का हक खा के पढ़ी जावे, जेड़ा धीयां का हक खा के पढ़ी जावे, जेड़ी पांच बारह चौदह नू कंड करके पढ़ी जावे। जवानों असी तो इश्क की नमाज की गल करते हैं जिथे हुसैन भी सजदे च होवे, अली भी सजदे च होवे, सैयदा भी सजदे वे चोड़ जवानो, आ जाओ अपने रब दी बारगाह वे चाओ, आज ही इश्क करो रब दी जात नाल, और ओही तुहाडे इश्क दा हकदार है जवानो। उस नाल लाण आले अज तक जवानो खाली नहीं लौटे, उस दे जवानो वादे अज तक गलत साबित नहीं होए। मैं लुत्फा जांदा है जदों किसी पुराने कब्रिस्तान च गुजरदे हां, नालू सड़क दे नालू कार गुजरदी है, याद रखा है जवानों लाता दाद कबरां उत्ते वैरानी नजर आती है, लाता दाद कबरां उदास नजर आती है, बड़े अच्छे पत्थर टाइल ला के सजा दितियां वारसा ने, मगर उदासी है कि कबरां दी मुकदी नहीं। जवानों एक कबर नूं वेख के गिरिया ते दिल करदे भई यार की तनहाई है, की भुलाई दिते ने, जदों भी गुजरे हां कल्ले ही सुते पैन ते कोई नहीं आया,
याद रखा है जवानों, तुसी अपने अपने रब नाल हिक हो जाओ, अला कुल्ले शैन कदीर नाल हिक जाओ। और याद रखा है जवानों, लुत्फ आ जाता है जो किसी भी पुराने कब्रस्तान कोई रोज़ा वेखना, हजार बोसीदा कबर के दरम्यान कोई ना कोई रोज़ा वेखना, राती दो बजे भी रोड तो गुजरा तो उस कोई ना कोई मोमबत्ती, कोई ना कोई डीवा लाइट बल्द ही पिया होंगे। तो जवानों फिर मैं नतीजा कट लैंना कि दुनिया किसी नु याद नहीं रखेगी, ये दुनिया सिर्फ उसनु याद रखेगी जिस उसनु याद रखेगा, जिस अल्लाह का नाम चिता रहा जवान, रब का नाम चित हैदरी आली। इताद जवानों, इताद ए जड़ा साइयां दा कुर्बे, कबर दी जड़ी जवानों राहत, मुहम्मद वाले मुहम्मद दा इश्के, साइयां दा कुर्बे, जन्नत दे दर्जात, ये इताद नाल मिलेगा। और इताद दा पहला करीना रब नु मुतमिन करना, रब आखे के बंदा ठीक है। मैं तुहाडे सामने पारसाई दीआं गल्लां करके वाह वाह करा सकना, तुहानूं की पता मेरी रात किवें गुजरदी है, तुहन की पता जेड़ा मैं रिस्क ले जाना, मैं केड़ी जात लेना, तुहन की पता, तो दरम्यान पर्दा मैं जेड़ियां मर्जी वड्डियां गल्लां करा। इयो पोजीशन जवानों तुहाडी है कि मैं खबर नहीं रखता कि तुहाडी रात दा आलम की है जवानों, मैं नहीं जानता तुहाडी तनहाई, तुसी एक दूए नूं धोखा आसानी नाल दे सकने आ। अल्लाह नूं मुतमिन करना ही मुसलमाना, सब तो पहले अल्लाह आखे के बंदा ठीक है, क्योंकि याद रखे जवानों, बंदा बंदे नूं धोखा दे सकता है, अल्लाह नूं नहीं दे सकता। जुमला सुना देवां तुहानूं तुहाडे पीर अली दा, जवानों अमीर अल मोमिनीन फरमाए, क्या कहने उसके इल्म के जो इंसान को खल करने से पहले ही जानता था कि ये आंखों से कितनी बार हरकत करेगा। किनू धोखा देन टुरे हैं मुसलमाना, किस हस्ती नू धोखा देन टुरे हैं जवानों, अला कुल्ले शयन कदीर है जवाना, अपनी जात मुसलमाना गौर कर। मुहम्मद रसूलुल्लाह, ये याद रखे अल्लाह दी बंदगी दा मेराज, अली वलीउल्लाह इतात मुस्तफा दा मेराज जवाना, हर किसे नू अली नहीं दिता रसूल, फरमाया मन कुन तो मौला हो, जिस जिसका मैं मौला, जिस अल्लाह नू नहीं मनिया और नबी नू की मनेगा, कोई फर्क नहीं पौंदा, कोई फर्क नहीं पौंदा जवानो हाल हुलिया वटाण नाल, कोई फर्क नहीं पौंदा जब तक दिल नहीं झुकया इस दरबार जवाना। आज दी मजलिस दा मैसेज जवानो, मुहब्बत खुदा रब नाल मामला ठीक है या नहीं ठीक, रब नाल अगर मामला नहीं ठीक तो आज ही हुसैन इब्ने अली नू वकील बना लो, अपनी जिंदगी ये खा जाएगी दुनिया जवानों, जिस तरह तुहाडे मेरे उत्ते ताक रख के दुनिया बैठी है जवानों, मार देंगे तुहन मैन, एक मिनट च इज्जत उतारता, इको ही जात है जेड़ी जवानों बचा सकती हो, अला कुल्ले शैन कदीर दी जात है जवाना, वो अला कुल्ले शैन कदीर दी जवानों, जिस टाइम सीना तुम वला नोम तू सोना है, उसकी जात च नींद नहीं है जवाना, ऊंघ नहीं है, थोड़ा ईमान रखिए, ईमान नु थोड़ा बुलंद कर, थोड़ा यकीन दी मंजिल ते आ, तेन पता होवे कि तेरा रब तेन वेख रहा है। हाय हाय हाय, मैं कल एक हदीस पढ़ी है, मासूम फरमाते हैं अगर नमाजी नु पता लग जावे ना कि मैं वेख कौन रहा है। हाय 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 हाय, अगर नमाजी नंदाजा इश्क जवानों, सजदा इश्क दा, मजबूरी दा नहीं, गुलामा ली इबादत नहीं जवानों, खौफ दी इबादत नहीं जवानों, इश्क दा सजदा रब दा, अला कुल्ले शैन कदे, वेखो नाम भी लिखने पे तो सुरख रंग लगे होया जवानों, ऐ अलम भी सुरख है जवानों, मेरा तुहाडे ते सवाल है जवानों, वेखो लिखे होया है सारा मौला दे फरमान लिखे हो ते रंग सुरख है, ये जिन्हां दा नाम लिखना पवे ते इन्हां दे नाम जख्मी लिखे जांदे, मेरा सारे ते सवाल है आप कितने जख्मी हो सर जवान, ओए मैं सदके हो जावा, की महसूस कर रहे हो, हब्स महसूस कर रहे हो, ऐ वेखो ना उत्ते खलोती है मोहब्बत हुसैन, उत्ते खलोती मोहब्बत, कुर्बानी दे के बैठे हो, और ऐ बुजुर्ग मौला इन्हन सलामत रखे इन्हों का साया, ये चालीस चालीस साल, सत्तर सत्तर साल, सठ सठ साल रोए,
अजे भी शाना बशाना अजे भी जवान नाल उच्ची कूक होंदी है बजुर्ग दी जवाना अल्लाह दे दीन में तेरे मेरे हिस्से च इताअत सौखा जहान ऐ शबे जुम्मा करबला जाने सहूलत मौजूद है सहूलत मौजूद है अगली शबे जुम्मा में अल्लाह के घर गुजारने तुसी जा सकते हो जवाना वो वक्त गुजरे आए सारी जिंदगी कमाई की जाती आई तो जदों आसाब मुक जाते हैं ना उदो ज्यारत नसीब आती आई जवाना तो वह भी कोई कोई पहुँचता आई रात मार दिते जाते हैं हरमा विच मार दिते जाते हैं हरमा च अज करबला का अरूज है अज करबला की बुलंदी है इस बुलंदी के जहान कुछ बुलंद सोच जवाना आ मैं तेन एक मंजर विखावा ओ करबला दे सहरा विच ऐलान पिया होंदा लोगो हुसैन मारिया गया ओए मैं सदके ऐलान करन आले आख्या लोगो सजदे विच नबी दा लाल मारिया गया अल्लाह तुहाडी हाय कबूल फरमावे रब दा इश्क वेखना है इन्हां घरन वेखो जवानो दुनिया दी हकीकत मैं तुहानूं दस दित्ती है कि दुनिया दी हकीकत की है जवाना खुद बनाने वाले दी निगाह बेनिगाही विच इस दी हकीकत की है ते जिन्हां कांड बनाईए उन्हां कोई शायद चखी नहीं इस दुनिया दी ओना ना ने जमी जौ दी रोटी खुश्क रोटी कदी एक दिन अजमा के वेखना घर रोटी पकवा के किसी मेरी माँ भैन तो रखवा देना जवानो उसनु खुश कौन देना जवानों तीसरे चौथे दिन आक उस दा सिर्फ एक लुकमा खाना जेड़ा 63 साल अली खादा जवानों और जवानों 63 साल दल इत्थे तो हक आ गए बंदे धियां दे भैणां दे मुल्कां दे हक आ गए जवानों मुसलमाना दे हक आ गए इत्थे तो कफन लुट लै बंदियां पर जवानों इत्थे कबरां चू कफन लुट लै बंदियां इत्थे तो कबरां विच जाके धियां नाल ज़्यादती हो गई ये केड़ा मुसलमाना दा मुल्क है जवाना लई रा कलमे जवाना 9 लख कलमा पढ़दा हाइया ते 5 ईसाई मारे गए ने हुसैन दे नाल 9 लख च पहला तीर उमर इब्ने साद हुसैन नु मारिया है गर्मी भी डाढ़ी है मसायब भी मौला दे सामने आ गया है पहला तीर मार के 9 लख नु आदा इब्ने ज़ियाद नु जाके दसिया है हुसैन नु पहला तीर मैं कलमा पढ़ के मारिया है जवानों एक ऐसा इस्लाम है जवाना एक ऐसा मुसलमान है बड़ी जरूरत है वक्त इमाम नू तुहाडी जवाना हो अल्लाह दे दीन नू और तुहाडी बुलंदी वास्ते दीन नू करबला ले ते 14 बुलंद कर गए ते मुहाफिज पर्दे दे अंदर मौजूद है मुहाफिज शहनशाह पाक पर्दे दे अंदर साने इको फेरा है इस दे बाद नहीं आना मर जा तड़प जा अपने रब नू बना ले अपना आख मेरा अल्लाह लबैक अल्लाहुम्मा लबैक कारां दे शीशे आदे ने बंदे नहीं आदे लबैक मोटरसाइकिल दी हेडलाइट आख रही है लबैक या हुसैन दीवारां आख रही हैं लिखण आला नहीं आख रहा लिखाण आला नहीं तू आख ना लिख रूह ते लिख लबैक या हुसैन रूह ते लिख लबैक या रसूल अल्लाह रूह ते लिख लबैक अल्लाहुम्मा लबैक ला शरीक लक लबैक रूह ते लिख मुसलमाना आ जरा करबला दे मैदान च वेख घेरा पा लिया ने 9 लख घेरा आखिरी लम्हा पढ़न लगा शहादत दा घेरा पा लिया ने 4000 जिन तीर मारे अनु भी आ गए 8 जरनैल आ गए नवा शिमर भी आ गया मालियो सिबतैन दे जुमले नु मर इब्ने साद टिब्बे ते चढ़िया है हाथ दा इशारा करके आता जो रुमाल हलावा ना सिर कट के नीचे ते चाड़ देवे आए ढोल मरिया है जंग मुक गई है हाय करण आलिया रुमाल हलन ही लगा है एक ही जी आवाज आई है हाय करण आलिया कातल अज हलचल मच गई है 9 लख चो आवाज आया बाबा मैं आ गई हाँ बाबा मैनु टुरन दा राह नहीं देंदे बाबा इन्हें मैंने मारिया है मैं कोई तेरा अकबर हाँ शाला कदी हाय हर गई गर्मी हर गई गर्मी तेरा इश्क बढ़ गया मुसलमाना और जिस दे दिल चेडा वड्डा इश्क हुसैन है उस ते रब किवें नाराज हो सकता है नहीं हो सकता जवाना बाबा मैं आ गई हाँ बाबा मैं जख्मी आ बाबा इन्ना मैं बिस्मिल्लाह मेरा वीर अल्लाह ए मौसम है सोना इबादत है ही मौसम है मेरा बाबा इन्ना मैंने मारे है मैं कोई अकबर हाँ मैं कोई कासिम हाँ सौखा नहीं होंदा धी नू तमाचा लगना वेखना सौखा नहीं होंदा सादा तो मोमिनीन पई न मजलूम दी निगाह ते जख्मी रुखसार नजर आया है ओ जेड़ा पुत्रां दे जनाजियां ते चुप खलोता है जख्मी धी डिठी है ते अरशल मुंह करके आदा दीन बचिया या कोई
جڑے اگے زخمی ہائے نو میرے پوتران جڑی ہن زخمی ہے او میری غیرت ہے تیراو تلوارو حسین دا بدن حاضر ہے آؤ تیراو تلوارو اور یاد رکھا ہے جوانوں حق کھل گیا ہے حق واضح ہو گیا ہے ہن دھڑا چننا ہے مسلمانا حسین ال جاندا ہے یا یزید ال جاندا ہے علی ال جاندا ہے یا دشمن علی ال جاندا ہے نبی ال جاندا ہے یا دشمن نبی ال ہن فیصلے دی گھڑی آ گئی ہے قیامت آن والی ہے ظہور ہون والے مولا دا اج نہیں تے کل ظہور ہو جائے گا آخری زمانے دے لوگاں اجر بھی ڈھیر ہے تے عذاب بھی ڈھیرے زمانے دا اجر بھی بے باہ چونکہ ہر شے غیبت چے جوانا ہو امام تا غیب اجر ڈھیرے توجہ فکر کرن والے نے فرمایا ہزار ہا سال دی عبادتوں افضل تدبر کرنا شاعر اللہ تے اللہ دی نعمت تے ہائے کر کے رونا لیا کیوں ہر مجلس وچ میں تانوں آداں رب نال بنا کے رکھو رب دی نا فرمانی نہ کرو چونکہ جدو دنیا سارے دروازے بند کر دین دیئے پھر صرف رب دا در رہ جاندا ہے اور وہ در انج کھولدا ہے کہ جوانوں در بند کرنے والے حیران ہو جاندے ہیں کہ انج بھی در کھل سکدا ہے آ مثال دیواں رو کے معصومہ پیا دی اماں جس بابا ملانا ہے نا وہ او فرات لہ گیا تیری سمجھ تو صدقے چاچا غازی لہ گیا ہے اماں ہن اکو طاقت ہے جڑی رب جڑی میں بابا ملا سکدی ہے میں دعا منگدی ہاں اماں تو آمین آخ نکے نکے برکے وچ دعا دے ہاتھ بنا کے پیا دی زخمی حسین دا اللہ ایک واری بابے نو آخ مینوں ہاں اللہ لوے جتنا زخمی ہیں بچنا بابے کوئی نہیں تے جتنا سفارے ولنا میں کوئی نہیں دعا منگ کے ٹریے تھی نہیں مڑی اللہ دا عرش ہلیا زمین ہلی 4000 فرشتہ اج بھی جڑا کربلا مولا اینا زمین اچ پر مارے ہائے کرنا لے قاتل کوئی سجے ڈٹھا ہے تے کوئی کھبے یا کسے شبیر دا موڈا ہلا کیا کہ حسین اللہ پیا دئی بس کر میں راضی آ جو لکھا ونے لکھوا جو منوا ونے منوا میری ہوراں دے وال کھل گئے او تیری ماں بتول لپاسے دے درد بھول گئے حسین جلدی کر دین واپس بلا ہے کوئی اس گرمی وچ ماتم کرن والا تیر لگ دے آئے تے حسین اٹھ دایا سیدہ دے والا اے نا اکبر لایا سیدہ دے والا شام دی کہہ دین سکینا سیدہ دا نہ مارو پھرا مرائی ودی ہے آئے گھر کے رونا لے آئینو دھی دوڑی ہے بنیوں یا باہی نال گرام رہے تے حسین ٹوریا ہے عمر ابن سعد اتنے تیر مارو پیو نو ملن تو پہلے تھے بھی مر جاوے ہائے کر کے رونا لیا تیرا تو پہلے حسین گرم رے تو دھی نو چایا نو لکھ حلمو کر کے آدھا جنگ رو کہ میری دھی آ گئی ہے آباد رہے آباد میں راضی ہائے کرن والےو میں جواب دیو کیا جنگ رک گئی بولو ماتمیاں جنگ رک جاویا اسی گرمی دے گھمسان وچ نہ رویے اگر جنگ نہیں رکے وقت تیر کدے لگ دے آئے او جوانو جدو تیر آندا ہے حسین دھیل بچدا ہے ہائے کرن والےا تیر حسین لگدا ہے دھمک دھین لگ دیئے نکے نکے ہاتھ داڑیے ٹراکے آ دیے وے اکبر دا بابا اللہ دنا دسا مارن والے کون یزید نو رحمت اللہ کھانا لیا حسین تڑپ آئے تین ہاں لا کے آد ہے مارن والے مسلمان آ میرا مولا جلدی ہائے نکلیے جہاد بھائی بی آدی کتھے لکاواں وے میرا مورے نبوات دا سوار بی آدی اوتھے چلیے جتھے مسلمان نہ ہوویں دو منٹ بعد مجلس ختم ہو جائے گی ہائے کر کے رونا لیا بارو ٹھنڈی ہوا تیرے انتظار چے میں اوندی شہادت پہ پڑھدا جن جواں پاسوں نیزے مار دے آئے جڑے ویلے تیر مار دے آئے فرات
قتل موہ کر کے آدھائی عباس آویکھ میں کلا رہ گیا عباس دی لاش اٹھ دیا پھر عالموں کر کے آدھے آئے ہائے چپ کھا گئی من بھین بھیرا دے وچ جنگل کرا وہ بلائے غازی آدھے ہون کلا رہ گئے میرا اللہ سید علی مران دے والدین دے درجات بلند فرما سید مجاہد شاہ صاحب دی زندگی دراز فرما اس نگرین آباد فرما ان رونا لے نو بازار وکھا او جا وکھا جتھے نو لکھ ماردا ہا اے کر کے رونا لے اج دھی کھلوتی آئی قاتل والا وچ ہاتھ پایا ہائے کر کے رونا لے رو رو کے ادھی آئی ہاتھ کاٹ میرے پیو دیا زلفا چو ماشلا کام جفا دا کانڈ خالی وے زیادہ بیبی آدھی جیندے روب تو نہایا آنکھ لگ دے آئے اوندہ جیندہ ہی ہکا شہزادہ تے تو فضل وی پچھدا پیو وانگوں آئے اوندہ حکام جیوں چل گئی زربا ہویا کی جوانو کر قتل نماز نو زہر ویلے آئے ڈت اثر دشمار اذان تلا خون سادات دا ماتا بے حسین میرا اللہ مرحومین دے درجات بلند فرما ساڈے گناہ تو در گزر فرما میرا اللہ بالیاں